ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰੇਸ਼ਨ YouTube ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਆਪਾਂ ਜਿਹੜੀ ਇਹ ਜੈਕਟ ਹੈ ਬਣਾ ਰਹੇ ਸੀ ਇਹਦੇ ਸਾਰੇ ਪਾਰਟ ਮੈਂ ਤੁਹਾਡੇ ਨਾਲ ਸਾਂਝੇ ਕਰ ਚੁੱਕੀ ਹਾਂ ਤੇ ਅੱਜ ਆਪਾਂ ਜਿਹੜੀ ਇਸ ਦੀ ਸਲਾਈ ਕਿਵੇਂ ਕਰਨੀ ਹੈ ਉਹ ਮੈਂ ਤੁਹਾਨੂੰ ਦੱਸਾਂਗੀ ਇਹ ਆਪਣੀ ਜਿਹੜੀ ਬਟਨ ਪੱਟੀ ਹੈ ਗਲੇ ਵਾਲੀ ਪਹਿਲਾ ਆਪਾਂ ਇਸ ਦੀ ਜਿਹੜੀ ਸਲਾਈ ਕਰਾਂਗੇ ਇਹ ਮੈਂ ਜਿਹੜਾ ਧਾਗਾ ਥੋੜਾ ਜਿਹਾ ਵੱਡਾ ਕਰਕੇ ਕੱਟਿਆ ਹੋਇਆ ਸੀ ਤੇ ਇਹੀ ਮੈਂ ਜਿਹੜਾ ਧਾਗਾ ਸੂਈ 'ਚ ਪਾ ਲਿਆ ਹੁਣ ਆਪਾਂ ਐਸੇ ਨਾਲ ਇਸ ਦੀ ਸਲਾਈ ਕਰਾਂਗੇ ਇਹ ਆਪਣਾ ਜਿਹੜਾ ਉਲਟ ਪਾਸੇ ਆ ਹੁਣ ਇਹ ਆਪਣੀ ਬਟਨ ਪੱਟੀ ਹੈ ਗਲੀ ਵਾਲੀ ਇਹ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਕਰ ਲੈਣਾ इस तरह फट लैन आप जड़ी अपनी इधर उपरली चैन है बटन पट्टी की अपनी जी जैकट वाली चैन है उपरली इधरों आपई में चक लैनी है तो इधरों ये सूईना चक लैनी है तो इस तरह करके आप सिलाई कर लेनी है अपनी ਇਹ ਰਿੱਦਰ ਚਾਂਚੱਕੀ ਤੇ ਇਹਦ੍ਰੋ ਚਾਂਚੱਕੀ ਆਪਾਂ ਇਹ ਜਿਹੜੀ ਸਲਾਈ ਕਰਨੀ ਹੈ ਇਹ ਮੈਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਦੀ ਆ ਤਾਂ ਜੋ ਜਿਹੜੀਆਂ ਮੇਰੀਆਂ ਭੈਣਾਂ ਨਾਵੀਆਂ ਬਣਾਈ ਸਿੱਖ ਰੰਗ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਕਿਸੇ ਵੀ ਗੱਲ ਦੀ ਮੈਂ ਸਟੈਪ ਬਾਈ ਸਟੈਪ ਜਿਹੜੀ ਸਾਰੀ ਕਾਰਡੀਗਨ ਜਾਂ ਕੋਈ ਬਲਾਊਜ਼ ਬਣਾਇਆ ਹੋਵੇ ਸਾਰਾ ਸਟੈਪ ਬਾਈ ਸਟੈਪ ਤੁਹਾਡੇ ਨਾਲ ਸਾਂਝਾ ਕਰਦੀ ਆਂ इधरों चैन चके इधरों चके फिर इधरों चैन चकी आप इधरों चकी चैन इस तरह करके अपने बटन पट्टी की जोड़ी सिलाई है ये आप कर लेनी है ਇਹੀ ਮੈਂ ਸਲਾਈ ਜਿਹੜੀ ਆਪਣੀ ਇੱਥੋਂ ਤੱਕ ਕਰ ਲੈਣੀ ਹੈ ਹੁਣ ਮੈਂ ਸਲਾਈ ਇੱਥੋਂ ਤੱਕ ਕਰ ਲਈਏ ਤੇ ਇੱਥੇ ਨਾ ਆਪਾਂ ਨੋਟ ਲਗਾ ਦੇਣੀ ਹੈ ਤਾਂ ਜਿਹੜਾ ਆਪਣਾ ਟੱਗ ਆ ਖੁੱਲੇਣਾ ਇਹ ਆਪਣੀ ਨੋਟ ਲੱਗ ਗਈ ਤੇ ਹੁਣ ਆਪਾਂ ਥੋੜਾ ਜਿਹਾ ਟੱਗ ਇਸ ਤਰ੍ਹਾਂ ਕਰਕੇ ਜਿਹੜਾ ਕੱਢ ਦੇਣਾ तो इतों तागा जो कट देना इतों तक जी अपनी सिलाई है हो चुकी है ये अपनी सीधे पासे तो सिलाई जी बहुत ही सोनी लगती है बहुत ही सफाई जड़ी है आई है ਹੁਣ ਆਪਾਂ ਇਹ ਦੋ ਪਾਸਿਆਂ ਦੀ ਜਿਹੜੀ ਸਲਾਈ ਕਰਾਂਗੇ ਇਹ ਸਿੱਧੇ ਪਾਸੇ ਜਿਹੜੇ ਆਪਾਂ ਵਿੱਚ ਕਰ ਲੈਣੇ ਜਿਹੜੇ ਆਪਣੇ ਟਾਗੇ ਇਸ ਤਰ੍ਹਾਂ ਆਪਾਂ ਇਹਨਾਂ ਦੀ ਨੋਡ ਲਗਾ ਲੈਣੀ ਦੋਨਾਂ ਦੀ ਇਹ ਆਪਣੇ ਕੁੰਡਿਆਂ ਵਾਲੇ ਟਾਗੇ ਜਿਹੜੇ ਹੁੰਦੇ ਆ ਇਸ ਤਰ੍ਹਾਂ ਨੋਟ ਲਗਾ ਲਈ ਇਹਨਾਂ ਦੀ ਹੁਣ ਆਪਣੀ ਇਹ ਪਛਮਾ ਜਿਹੜੀ ਆਪਾਂ ਸੂਈ ਵਿੱਚ ਪਾ ਲੈਣੀ ਹੈ ਜੇਕਰ ਆਪਣੇ ਕੋਲੇ ਤਾਗਾ ਹੋਵੇ ਤਾਂ ਆਪਾਂ ਇਹੀ ਸੂਈ ਵਿੱਚ ਪਾ ਲੈਣਾ ਤੇ ਨਹੀਂ ਆਪਾਂ ਜਿਹੜਾ ਹੋਰ ਤਾਗਾ ਆਪਣਾ ਸੂਈ 'ਚ ਪਾਵਾਂਗੇ ਇਹ ਹੁਣ ਆਪਣਾ ਡਿਜ਼ਾਈਨ ਹੈ ਡਿਜ਼ਾਈਨ ਨੂੰ ਆਪਾਂ ਡਿਜ਼ਾਈਨ ਨਾਲ ਜਿਹੜਾ ਮਿਲਾਉਂਦੇ ਹੋਏ ਸਲਾਈ ਕਰਣੀ ਹੈ ਜੇਕਰ ਆਪਾਂ ਵੇਅ ਸੀ ਇਸ ਤਰ੍ਹਾਂ ਪੱਲੇ ਜੋੜ ਕੇ ਆ ਸਲਾਈ ਕਰ ਲਵਾਂਗੇ ਆਪਣੀ ਤਾਂ ਜਿਹੜਾ ਆਪਣਾ ਡਿਜ਼ਾਈਨ ਹੈ ਇਹ ਠਾ ਉੱਪਰ ਹੋ ਜਾਊਗਾ ਤੇ ਬਾਅਦ ਵਿੱਚ ਜਿਹੜਾ ਆਪਣਾ ਸੋਹਣਾ ਨਹੀਂ ਲੱਗਦਾ ਸਲਾਈ ਕੀਤੀ ਹੋਈ ਵੀ ਜਿਹੜੀ ਉਹ ਸੋਹਣੀ ਨਹੀਂ ਲੱਗਦੀ ਇਸ ਲਈ ਆਪਾਂ ਡਿਜ਼ਾਈਨ ਨੂੰ ਡਿਜ਼ਾਈਨ ਨਾਲ ਮਿਲਾ ਲੈਣਾ ਤੇ ਫਿਰ ਆਪਣੀ ਸਲਾਈ ਜਿਹੜੀ ਕਰਨੀ ਪਹਿਲੇ ਇੱਥੇ ਆਪਾਂ ਨੋਟ ਲਗਾ ਲੈਣੀ ਹੈ। ਇਹ ਆਪਣੀ ਨੋਟ ਲੱਗ ਗਈ। ਹੁਣ ਆਪਾਂ ਆਪਣੀ ਸਲਾਈ ਜਿਹੜੀ ਸ਼ੁਰੂ ਕਰ ਲੈਣੀ ਹੈ। ਇਹ ਦਰੂ ਵੀ ਆਪਾਂ ਉੱਪਰਲੀ ਚੈਨ ਚੈੱਕ ਨਹੀਂ ਦੇ ਇਧਰੋਂ। ਜਿਵੇਂ ਆਪਾਂ ਬਟਨ ਪੱਟੀ ਦੀ ਸਿਲਾਈ ਕੀਤੀ ਸੀ ਉਸੇ ਤਰ੍ਹਾਂ ਆਪਾਂ ਸਿਲਾਈ ਇਹ ਕਰ ਲੈਣੀ ਤੇ ਸਿਲਾਈ ਕਰਦੇ ਹੋਏ ਆਪਾਂ ਇਹ ਮੋਢੇ ਤੱਕ ਆ ਜਾਣਾ ਹੁਣ ਜਿਹੜੀ ਮੈਂ ਸਿਲਾਈ ਇਹ ਮੋਢੇ ਤੱਕ ਆਪਣੀ ਕਰ ਲਈ ਹੈ ਹੁਣ ਆਪਣਾ ਜਿਹੜਾ ਇਹ ਟੱਗ ਹੈ ਤੇ ਇਹ ਵਾਲੀ ਪੱਛਮ ਆਪਣੀ ਇਹ ਟੱਗ ਹੈ ਆਪਾਂ ਨੋਟ ਲਗਾ ਲੈਣੀ ਹੈ ਇੱਥੇ ਹੁਣ ਆਪਾਂ ਆਪਣੇ ਦੋਨੇ ਤਾਗੇ ਜਿਹੜੇ ਕੱਟ ਲੈਣੇ ਆ। ਥੋੜੇ ਜਿ ਛੱਡ ਕੇ ਇਸ ਤਰ੍ਹਾਂ। ਜਿਹੜੇ ਆਪਣੇ ਤਾਗੇ ਹੁਣ ਇਹ ਆਪਾਂ ਕਰੋਸ਼ਗੇ ਨਾਲ ਜਿਹੜੀ ਆਪਣੀ ਪਛਮ ਜਿਹੜੇ ਆਪਣੇ ਉੱਪਰਲੇ ਕੁੰਡੇ ਆ। ਕਰੋਸ਼ਗਾ ਆਪਾਂ ਇਸ ਤਰ੍ਹਾਂ ਪਾ ਕੇ ਤੇ ਜਿਹੜੇ ਤਾਗੇ ਆਪਾਂ ਇਹ ਵੀ ਅੱਛਾ ਆਪਾਂ ਇਸ ਤਰ੍ਹਾਂ ਕਰ ਦੇਣੀ ਆ। ਜਿਹੜੀ ਨੋਟ ਆਪਣੀ ਉਹ ਖੋਲਦੀ ਨਹੀਂ ਤੇ ਜਿਹੜੇ ਆਪਣੀ ਤਾਗੇ ਇੱਥੇ ਇਹ ਨੋਟ ਲਗਾਈ ਦਾ ਵੀ ਨਹੀਂ ਪਤਾ ਲੱਗਦਾ ਵੀ ਕਿੱਥੇ ਨੋਟ ਲਗਾਈ ਆ ਆਪਾਂ ਤੇ ਫਿਰ ਆਪਾਂ ਇੱਥੋਂ ਕੱਟ ਦੇਣੀ ਆਪਣੀ ਸਲਾਈ ਹੈ ਜਿਹੜੀ ਉਹ ਕੰਪਲੀਟ ਹੋ ਗਈ ਇੱਕ ਪਾਸੇ ਦੀ ਸਿੱਧੇ ਪਾਸੇ ਤੋਂ ਇਸ ਪਰਾਂ ਬਹੁਤ ਸੋਹਣੀ ਲੱਗਦੀ ਹੈ ਜਿਹੜਾ ਡਿਜ਼ਾਈਨ ਨਾਲ ਡਿਜ਼ਾਈਨ ਆਹ ਮਿਲਿਆ ਹੋਇਆ ਆਪਣਾ ਤੇ ਸਲਾਈ ਕੀਤੀ ਦਾ ਜਿਹੜਾ ਬਿਲਕੁਲ ਵੀ ਆਪਣਾ ਪਤਾ ਨਹੀਂ ਲੱਗਦਾ ਵੀ ਸਲਾਈ ਕੀਤੀ ਹੋਈ ਹੈ ਹੁਣ ਆਪਾਂ ਪਾਕਟ ਦੀ ਸਲਾਈ ਕਰਾਂਗੇ ਇਹ ਆਪਣੀ ਪਾਕਟ ਹੈ ਹੁਣ ਆਪਾਂ ये उपर लिया कुंडा जोड़ा आप चुक के इधर आप चैन इधरों च के अपनी नोट लगा लेनी आप इत हम अपनी आप सिलाई जी शुरू करा थोड़ी जी इस तरह सीधी सूई नहीं करनी ਥੋੜੀ ਜਿਹੀ ਇਸ ਤਰ੍ਹਾਂ ਟੇਢੀ ਸੂਈ ਕਰਕੇ ਉੱਪਰੋਂ ਜਿਹੜਾ ਇਹ ਕੁੰਡਾ ਚੱਕਿਆ ਆਪਾਂ ਤੇ ਚੈਣ ਵਾਲਾ ਕੁੰਡਾ ਚੱਕਿਆ ਆਪਣੀ ਚੈਣ ਫਿਰ ਆਪਾਂ ਇਧਰੋਂ ਉੱਪਰੋਂ ਕੁੰਡਾ ਚੱਕਿਆ ਇਧਰੋਂ ਆਪਣੀ ਚੈਣ ਜਿਹੜੀ ਚੱਕ ਲਈ ਤੇ ਇਸ ਤਰ੍ਹਾਂ ਸਲਾਈ ਕਰ ਲੈਣੀ ਇਹ ਜਿਹੜੀ ਆਪਾਂ ਇਧਰੋਂ ਕੁੰਡੇ ਚੱਕੋਣੀਆਂ ਇੱਕੋ ਲਾਈਨ ਵਿੱਚ ਜੁਕਣੀਆਂ ਤਾਂ ਜੋ ਜਿਹੜੀ ਆਪਣੀ ਪਾਕਟ ਦੀ ਸਲਾਈ ਹੋ ਸਿੱਧੀ ਹੋ ਸਕੇ हम आप लास्ट तक जी सिलाई कर ली अपनी इत जी आप नोट लगा देनी है ये अपनी नोट लाग गई हूँ आप जो थोड़ा जहा इस तरह करके छड़ना यह उपरले कुंडी आपई इस तरह कर लेनी फिर अपनी नोट लग जो पता नहीं लगता ਇਹ ਟੱਗਾ ਜਿਹੜਾ ਆਪਾਂ ਇੱਥੋਂ ਆਪਣੀ ਪਾਛਮੀਆ ਕੱਟ ਲੈਣੀ ਹੈ। ਇਹ ਜਿਹੜਾ ਆਪਣਾ ਟੱਗਾ ਹੈ ਆਪਾਂ ਕਰੋਸ਼ ਦੇ ਨਾਲ ਥੋੜਾ ਜਿਹਾ ਵਿੱਚ ਕਰ ਦਿਆਂਗੇ। ਇਸੇ ਤਰ੍ਹਾਂ ਆਪਾਂ ਇਧਰਲੇ ਪਾਸੇ ਦੀ ਸਿਲਾਈ ਕਰ ਲੈਣੀ ਹੈ। ਇੱਥੋਂ ਆਪਾਂ ਜਿਹੜਾ ਆਪਣਾ ਟੱਗਾ ਲਗਾ ਲੈਣਾ, ਨੋਟ ਲਗਾ ਲੈਣੀ ਹੈ। फिर सिलाई करते हुए इतने आ जाने इतने अपना नोट लगा देने हम अपनी पॉकेट की जोड़ी सिलाई है दोनों पास तो हो चुकी है बहुत ही सफाई नाल जोड़ी सिलाई है हो अपनी इधरली साइड तो भी मैं जी सिलाई करके कंप्लीट कर ली है तो पॉकेट की सिलाई भी जी मैं करके कंप्लीट कर ली ਇਹ ਜਿਹੜੀ ਸਲਾਈ ਹੈ ਬਹੁਤ ਹੀ ਸਫਾਈ ਨਾਲ ਜਿਹੜੀ ਹੁੰਦੀ ਹੈ ਬਿਲਕੁਲ ਵੀ ਪਤਾ ਨਹੀਂ ਲੱਗਦਾ ਸਲਾਈ ਕੀਤੀ ਹੈ ਇਸ ਤਰ੍ਹਾਂ ਹੁਣ ਆਪਣਾ ਜਿਹੜਾ ਇਹ ਧਾਗਾ ਹੁੰਦਾ ਕੁੰਡਿਆਂ ਵਾਲਾ ਇਹ ਆਪਾਂ ਉਲਟ ਪਾਸੇ ਵਿੱਚ ਜੈਕਟ ਦੇ ਉਲਟ ਪਾਸੇ ਵਿੱਚ ਕਰੋਸ਼ਗੇ ਨਾਲ ਆਪਾਂ ਇਸ ਤਰ੍ਹਾਂ ਹੀ ਵਿੱਚ ਕਰ ਦੇਣਾ ਫਿਰ ਜਿਹੜੀ ਆਪਣੀ ਕੁੰਡਿਆਂ ਦੀ ਉਹ ਨੋਟ ਹੁੰਦੀ ਹੈ ਖੁੱਲਦੀ ਨਹੀਂ ਤੇ ਵਾਧੂ ਤਾਗਾ ਆਪਾਂ ਜਿਹੜਾ ਕੱਟ ਦੇਣਾ ਹੁਣ ਆਪਣੀ ਜਿਹੜੀ ਕਾਰਡੀਗਨ ਕੰਪਲੀਟ ਹੋ ਚੁੱਕੀ ਐ ਸਲਾਈਸ ਦੀ ਹੋ ਚੁੱਕੀ ਐ ਤੇ ਜਿਹੜੇ ਆਪਣੇ ਵਿੱਚ ਵੀ ਵਾਧੂ ਤਾਗੇ ਹੋਣਗੇ ਉਹ ਆਪਾਂ ਕੱਟ ਲੈਣੀ ਮੇਰਾ ਸਲਾਈ ਕਰਨ ਦਾ ਜਿਹੜਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ